تمام پنجابیਆਂ ਦਾ پوری دنیا 'ਚ ਵਸਦੇ ਪੰਜਾਬੀਆਂ ਦਾ ਸਾਡੇ ਬਾਹਰ ਦੇ ਟੈਸਫੋਰਾ ਦਾ ਐ ਕਿ ਜੋ محبت ਜੋ ਪਿਆਰ ਜੋ ਖਲੂਸ ਮੇਰੀ ਝੋਲੀ 'ਚ ਪਿਆ ਹੈ ਸੱਚ ਪੁੱਛਦੇ ਮੈਂ پیسے 'ਚ ਤਾਂ जरूर ਕਲਾਕਾਰਾਂ ਤੋਂ ਸ਼ਾਇਦ ਗਰੀਬ ਹੋਵਾਂ ਪਰ ਆ ਝੋਲੀ محبت ਨਾਲ ਭਰੀ ਹੋਈ ਹੈ ਐ ਤੇ ਇਸ ਲਈ ਮੈਂ ਹਮੇਸ਼ਾ ਉਸ ਅਲਮੈਟੀ ਗਾਉੜ ਦਾ ਰੇਣੀ ਰਹਿਣਾ ਇਹ ਸਾਰੇ ਲੋਕਾਂ ਦਾ ਰੇਣੀ ਰਹਿਣਾ ਸੋ ਜਦੋਂ ਤੁਸੀਂ ਗੌਣ ਬਾਰੇ ਸੋਚਿਆ ਸੀ ਜਾਂ ਤੁਸੀਂ ਸੋਚਿਆ ਸੀ ਕਿ ਮੈਂ ਇਸ ਚੀਜ਼ ਦੇ ਨਾਲ ਐਦਾਂ ਜੁੜ ਜਾਣਾ ਕਿ ਇਹ ਮੇਰੀ ਜ਼ਿੰਦਗੀ ਬਣ ਜਾਊਗਾ ਤਾਂ ਸੋਚਿਆ ਸੀ ਸਫ਼ਰ ਐਡਾ ਲੰਬਾ ਹੋਵੇਗਾ ਨਹੀਂ ਕਦੇ ਨਹੀਂ ਸੀ ਸੋਚਿਆ ਨੈਵਰ 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 ਮੈਂ ਇਕਲ ਹੋਰ ਵੀ ਤੁਹਾਡੇ ਸਪੋਕਸਮੈਨ ਦੇ ਜ਼ਰੀਏ ਦੱਸਣਾ ਚਾਹਣਾ ਦਰਸ਼ਕਾਂ ਨੂੰ ਕਿ ਮੈਂ ਵਾਹਦ ਉਹ ਕਲਾਕਾਰਾਂ ਇਹਦਾ ਪੋਲਿਟਿਕਸ ਨੂੰ ਛੱਡ ਕੇ ਕਲਾਕਾਰ ਬਣਿਆ ਨਹੀਂ ਤਾਂ ਲੋਕ ਕਲਾਕਾਰ ਬਣ ਕੇ ਪੋਲਿਟਿਕਸ ਜਾਂਦੇ ਨੇ ਤੇ ਮੈਂ ਵਾਈਸ ਵਰਸਾ ਕੀਤਾ ਚਲੋ ਠੀਕ ਹੈ ਤੁਹਾਡੇ ਕੁਝ ਅਜਿਹੇ ਗੀਤ ਨੇ ਜਿਹੜੇ ਅੱਜ ਵੀ ਸਦਾ ਬਹਾਰ ਨੇ ਔਰ ਰਹਿਣਗੇ ਇਹ ਨਾਮ ਜੋ ਹੈ ਇਹ ਨਾਮ ਦਾ ਸਬੱਬ ਕਿਵੇਂ ਬਣਿਆ ਸੀ ਸੁਮਿੰਦਰ ਇਹ ਵੀ ਨਾਮ ਜਿਹੜਾ ਹੈਗਾ ਲੋਕਾਂ ਦਾ ਦਿੱਤਾ ਹੋਇਆ ਨਾਮ ਹੈ ਘਰ ਦਾ ਨਾਮ ਤਾਂ ਮੇਰਾ ਪਰਮਜੀਤ ਸਿੰਘ ਸਿੱਧੂ ਹੈ ਤੇ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਐਜਨ ਕੋਚ ਐਂ ਪੰਗੜਾ ਡਾਇਰੈਕਟਰ ਦੇ ਤੌਰ ਤੇ ਆਇਆ ਉਹ ਤੇ ਉਹ ਮੇਰੇ ਹਾਂ ਹੀ ਸੀ ਮੁੰਡੇ ਕੋਈ 2 ਸਾਲ ਛੋਟਾ ਕੋਈ 2 ਸਾਲ ਵੱਡਾ ਉਹ ਸਰਸਰ ਕਰਦੇ ਮੈਂ ਕਹਿੰਦਾ ਯਾਰ ਤੂੰ ਸਿੱਧਾ ਮੇਰਾ ਨਾਮ ਲੈ ਰਿਆ ਕਰੋ ਕਾਹ ਨੂੰ ਇਹ ਇਹਨਾਂ ਚੱਕਰਾਂ 'ਚ ਪੈਣੇ ਉਹ ਕਹਿੰਦੇ ਨਹੀਂ ਜੇ ਅਸੀਂ ਤਾਂ ਬਾਈ ਜੀ ਕਹਾਂਗੇ ਬਸ ਉਹ ਐਸਾ ਪੰਮੀ ਬਾਈ ਜੀ ਬਣਿਆ ਤੇ ਅਜੋ ਮੇਰਾ ਅਸਲ ਨਾਮ ਤਾਂ ਵਰਚੁਅਲ 'ਚ ਚਲਾ ਗਿਆ ਹੈ ਪੰਮੀ ਬਾਈ ਜਿਹੜਾ ਹੈਗਾ ਉਹ ਲੋਕਾਂ ਦਾ ਕਲਾਕਾਰ ਬਣ ਗਿਆ ਹਰ ਬੰਦਾ ਕੰਮ ਕਰਦਾ ਹੈਗਾ ਪਰ ਮੈਂ ਮੇਰਾ ਕੰਮ ਕਰਨ ਦਾ ਢੰਗ ਡੇਰਲੀ ਡਿਫਰੈਂਟ ਹੈਗਾ ਤੇ ਮੈਂ ਮਹਿਜ਼ ਉਸ ਤਰ੍ਹਾਂ ਦਾ ਕੰਮ ਕਰਕੇ ਖੁਸ਼ੀ ਮਹਿਸੂਸ ਕਰਦਾ ਜਿੱਦੇ ਨਾਲ ਲਕਾਈ ਨੂੰ ਕੁਝ ਨਾ ਕੁਝ ਚੀਜ਼ ਮਿਲੇ ਐ ਲੋਕ ਉਹਦੇ ਚੋਂ ਕੁਝ ਨਾ ਕੁਝ ਲੈ ਸਕਣ ਉਹਨਾਂ ਨੂੰ ਮਿਲ ਜਾਵੇ ਤੇ ਮੇਰੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਬੜੇ ਕੰਮ ਨੇ ਤੇ ਮੈਂ ਨਿਰੰਤਰ ਹੁਣ ਵੀ ਕੋਸ਼ਿਸ਼ ਕਰਦਾ ਕਿ ਆਪ ਤੋਂ ਛੋਟੇ ਕਲਾਕਾਰਾਂ ਨੂੰ ਕਿਵੇਂ ਨਾ ਕਿਵੇਂ ਕੋ ਪ੍ਰੀਫਾਰਮ ਦਿੱਤਾ ਜਾਵੇ ਕਿਤੇ ਨਾ ਕਿਤੇ ਉਹਨਾਂ ਨੂੰ ਐਡਜਸਟ ਕੀਤਾ ਜਾਵੇ ਸੋ ਇਸ ਤਰ੍ਹਾਂ ਦੇ ਕੰਮ ਹਰ ਇੱਕ ਨੂੰ ਕਰਨੇ ਚਾਹੀਦੇ ਤੁਹਾਡੇ ਅਕੋਰਡਿੰਗਲੀ ਕੀ ਹੋ ਸੈਣਾ ਜ਼ਰੂਰੀ ਹੁੰਦਾ ਹੈ ਅਕਸਰ ਅਸੀਂ ਬਹੁਤ ਜਲਦੀ ਟੁੱਟ ਜਾਂਦੇ ਆ ਨਹੀਂ ਦਕੋ ਕਾਰਨ ਕੀ ਹੁੰਦਾ ਹੈ ਕਿ ਕਲਾਕਾਰ ਉਨਹੀਂ ਟੁੱਟਦਾ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਲੋਕਾਂ ਦਾ ਕਲਾਕਾਰ ਹੋਵੇ ਪੰਮੀ ਬਾਈ ਨੂੰ ਇਸੇ ਗੱਲ ਦਾ ਮਾਨ ਹੈ ਕਿ ਮੈਂ ਲੋਕਾਂ ਦਾ ਕਲਾਕਾਰ ਆ ਮੈਨੂੰ ਇਸ ਮਕਾਮ ਤੇ ਉੱਤੇ ਲੋਕਾਂ ਨੇ ਪਹੁੰਚਾਇਆ ਤੇ ਮੈਂ ਇਹ ਪੈਰ ਅਭ ਦੀ ਜ਼ਮੀਨ ਨਾਲ ਜੁੜੇ ਹੋਏ ਨੇ ਹੈ ਅਭ ਦੀ ਧਰਤੀ ਨਾਲ ਜੁੜੇ ਹੋਏ ਨੇ ਤੇ ਮੇਰੇ ਨਾਲ ਤਾਂ ਹੁਣ ਵੀ ਮੇਰੇ 45-45 ਸਾਲ ਦੇ ਪੁਰਾਣੇ 40-40 ਸਾਲ ਦੇ ਮੇਰੇ ਪੁਰਾਣੇ ਮਿੱਤਰ ਮੇਰੇ ਸ਼ਗਿਰਦ ਅਸੀਂ ਤਾਂ ਉਸੇ ਤਰ੍ਹਾਂ ਹੀ ਇੰਜੋਏ ਕਰਦੇ ਆਂ ਆਪਦੀ ਲਾਈਫ ਨੂੰ ਐਂ ਤੇ ਕਦੇ ਅੰਦਰ ਮਨ ਚ ਨਹੀਂ ਕੋਈ ਚੀਜ਼ ਆ ਰੱਖਦੇ ਉਹਨੂੰ ਥਰੋ ਅਮਾਟ ਕਰ ਦਿੰਦੇ ਆ ਬਾਹਰ ਸੁੱਟ ਦਿੰਦੇ ਆ ਜਾਂ achiyan ਹੁੰਦੀਆਂ ਨੇ ਉਹਨਾਂ ਨੂੰ ਪੱਲੇ ਬੰਨ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਜਸਵਿੰਦਰ ਕੌਰ ਔਰ ਤੁਸੀਂ ਦੇਖ ਰਹੇ ਹੋ ਉਸ ਨੇ ਪੰਜਾਬੀ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਇੱਕ ਅਜਿਹੇ ਫਨਕਾਰ ਕਹਿੰਦੇ ਨੇ ਕਿ ਕੁਝ ਕਲਾਕਾਰ ਅਜਿਹੇ ਹੁੰਦੇ ਨੇ ਉਹ ਸਾਡੇ ਸੱਭਿਆਚਾਰ ਦੀ ਸੇਵਾ ਕੁਝ ਇਸ ਤਰ੍ਹਾਂ ਕਰਦੇ ਨੇ ਕਿ ਉਹਨਾਂ ਵੱਲੋਂ ਬਣਾਇਆ ਜਿਹੜਾ ਨਾਮ ਹੈ ਉਹ ਸਦਾ ਬਹਾਰ ਬਣ ਜਾਂਦਾ ਹੈ ਔਰ ਜਦੋਂ ਵੀ ਉਹਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸਾਡੀ ਪੰਜਾਬੀ ਵਿਰਸੇ ਲਈ ਜਾਂ ਸਾਡੇ ਪੰਜਾਬੀ ਸੰਗੀਤ ਜਗਤ ਲਈ ਕੁਝ ਅਜੀਹਾ ਖਾਸ ਤੇ ਕੀਤਾ ਹੋਵੇਗਾ ਸੋ ਅੱਜ ਸਾਡੇ ਨਾਲ ਕੁਝ ਅਜਿਹੇ ਹੀ ਇੱਕ ਅਜਿਹੇ فنਕਾਰ ਮੌਜੂਦ ਨੇ ਨਾਮ ਹੈ ਉਹਨਾਂ ਦਾ ਪੰਮੀ ਬਾਈ ਉਮੀਦ ਹੈ ਕਿ ਉਹਨਾਂ ਦਾ ਨਾਮ ਲੈੰਦੇ ਆ ਤੁਹਾਡੇ ਵਿੱਚ ਜੋਸ਼ ਭਰ ਜਾਵੇਗਾ ਕਿਉਂਕਿ ਉਹਨਾਂ ਦੀ એનર્ਜੀ ਔਰ ਉਹਨਾਂ ਦੇ ਤਰੋਤਾਜ਼ਾ ਹੋਣ ਦਾ ਇੱਕ ਰਾਜ਼ ਜੋ ਹੈ ਨਾ ਉਹ ਇੰਨਾ ਲੰਬਾ ਸਮਾਂ ਕਹਿ ਸਕਦੇ ਆ ਸੰਗੀਤ ਜਗਤ ਦੇ ਨਾਲ ਜੁੜੇ ਹੋਣ ਦਾ ਵੀ ਹੋ ਸਕਦਾ ਹੈ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸਪੋਕਸਮੈਨ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਪੰਮੀ ਬਾਈ ਵੱਲੋਂ ਮੋਹ ਪਰਿਸ਼ਾਸੀ ਕੰਨ ਤੇ ਜਿਸ ਵੰਦਰ ਪੁੱਛੋ ਕੀ ਪੁੱਛਣਾ ਚਾਹੁੰਦੇ ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹ ਆ ਕਿ ਅਸੀਂ ਮਤਲਬ ਤੁਹਾਨੂੰ ਇੰਨੇ ਸਮੇਂ ਤੋਂ ਸੁਣਦੇ ਆਏ ਹਾਂ ਸਾਡੇ ਮਾਪ ਪਿਓ ਨੇ ਤੁਹਾਨੂੰ ਸੁਣਿਆ ਪੰਜਾਬੀ ਵਿਰਸੇ ਦੇ ਨਾਲ ਜਿਹੜੀ ਤੁਹਾਡੀ ਮੁਹੱਬਤ ਹੈ ਉਹ ਅਸੀਂ ਲਾਈਵ ਸਟੇਜਾਂ ਤੇ ਵੀ ਦੇਖਦੇ ਆਂ ਸੋ ਕਿਹੜੀ ਅਜਿਹੀ ਚੀਜ਼ ਹੈ ਜਿਸ ਨੇ ਤੁਹਾਡੇ ਚਿਹਰੇ ਦੀ ਮੁਸਕਰਾਹਟ ਨੂੰ ਉਦਾਂ ਹੀ ਬਰਕਰਾਰ ਰੱਖਿਆ ਹੋਇਆ ਕਿ ਅੱਜ ਵੀ ਉਹ ਗਲੋ ਹੈ ਨਾ ਜਿਹੜਾ ਨਜ਼ਰ ਆਉਂਦਾ ਲੋਕਾਂ ਦੀ ਮੁਹੱਬਤ ਹੈ ਲੋਕਾਂ ਦਾ ਇੰਨਾ ਮਾਨ ਪਿਆਰ ਖਲੂਸ ਉਹ ਪੰਮੀ ਬਾਈ ਦੀ ਝੋਲੀ ਪਿਆ ਹੋਇਆ ਤੇ ਮੈਂ ਹਮੇਸ਼ਾ ਰਿਣੀ ਰਹਿਣਾ तमाम ਪੰਜਾਬੀਆਂ ਦਾ ਪੂਰੀ ਦੁਨੀਆ ਚ ਬਸਦੇ ਪੰਜਾਬੀਆਂ ਦਾ ਸਾਡੇ ਬਾਹਰਲੇ ਡੈਸ਼ ਫੋਰਾ ਦਾ ਐ ਕਿ ਜੋ mohabbat ਜੋ pyar ਜੋ khulus ਮੇਰੀ ਝੋਲੀ ਚ ਪਿਆ ਹੈ ਸੱਚ ਪੁੱਛਦੇ ਮੈਂ ਪੈਸੇ ਚ ਤਾਂ ਜ਼ਰੂਰ ਕਲਾਕਾਰਾਂ ਤੋਂ ਸ਼ਾਇਦ ਗਰੀਬ ਹੋਵਾਂ ਪਰ ਆ ਝੋਲੀ mohabbat ਨਾਲ ਭਰੀ ਹੋਈ ਹੈ ਐ ਤੇ ਇਸ ਲਈ ਮੈਂ ਹਮੇਸ਼ਾ ਉਸ ਅਲਮੈਟੀ ਗੌੜ ਦਾ ਰਿਣੀ ਰਹਿਣਾ ਤੇ ਸਾਰੇ ਲੋਕਾਂ ਦਾ ਰਿਣੀ ਰਹਿਣਾ ਤੇ ਇੱਕ ਸਧਾਰਨ ਜਾਂ ਜੱਟਾਂ ਦਾ ਮੁੰਡਾ ਇੱਕ ਲੋਕ ਕਲਾਕਾਰ ਦੇ ਤੌਰ ਦੇ ਉੱਤੇ ਮੈਂ ਵਿਚਰ ਰਿਹਾ ਤੇ ਮੇਰੀ ਕਮਿਟਮੈਂਟ ਹੈ ਆਪਣੀ ਮਾਂ ਬੋਲੀ ਪ੍ਰਤੀ ਆਪਣੇ ਪੰਜਾਬੀ ਵਿਰਸੇ ਪ੍ਰਤੀ ਆਪਣੇ ਲੋਕ ਨਾਚਾਂ ਪ੍ਰਤੀ ਆਪਣੇ ਲੋਕ ਪਹਿਰਾਵੇ ਪ੍ਰਤੀ ਤੇ ਮੈਂ ਉਹਦੇ ਚ ਪੂਰ ਖਰਾ ਉਤਰਨ ਦੇ ਲਈ ਕੋਸ਼ਿਸ਼ ਕਰਦਾ ਤੇ ਇਹੀ ਸਭ ਤੋਂ ਵੱਡਾ ਰਾਜ ਹੈ ਕਹਿੰਦੇ ਨੇ ਕਿ ਤੁਸੀਂ ਪੈਸਾ ਨਹੀਂ ਕਮਾਉਂਦੇ ਤੁਸੀਂ ਇੱਜ਼ਤ ਵੀ ਕਮਾਉਣੀਓ ਤੁਸੀਂ ਕਿਹਾ ਕਿ ਮੈਂ mohabbat ਬਹੁਤ ਕਮਾਈ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਹੀ ਮੈਂ ਕਿਹਾ ਕਿ ਪੰਮੀ ਬਾਈ ਇੱਕ ਅਜੇਹਾ ਨਾਮ ਹੈ ਜਦੋਂ ਵੀ ਉਹਨੂੰ ਕੋਈ ਸੁਣਦਾ ਹੈ ਜਾਂ ਜਿਹੜੇ ਜਿਹੜੇ ਬਿਲਕੁਲ ਆਏ ਹੁੰਦੇ ਜਿਨ੍ਹਾਂ ਨੇ ਸੁਣਿਆ ਉਹਨਾਂ ਦੇ ਮਾਪੇ ਕਹਿੰਦੇ ਆ ਕਿ ਤੁਸੀਂ ਨਹੀਂ ਜਾਣਦੇ ਪੰਜਾਬੀ ਇੰਡਸਟਰੀ ਦੇ ਕਿੱਡੇ ਵੱਡੇ ਕਲਾਕਾਰ ਨੇ ਸੋ ਜਦੋਂ ਤੁਸੀਂ ਗੌਣ ਬਾਰੇ ਸੋਚਿਆ ਸੀ ਜਾਂ ਤੁਸੀਂ ਸੋਚਿਆ ਸੀ ਕਿ ਮੈਂ ਇਸ ਚੀਜ਼ ਦੇ ਨਾਲ ਐਦਾਂ ਜੁੜ ਜਾਣਾ ਕਿ ਇਹ ਮੇਰੀ ਜ਼ਿੰਦਗੀ ਬਣ ਜਾਊਗਾ ਤਾਂ ਸੋਚਿਆ ਸੀ ਸਫਰ ਐਡਾ ਲੰਬਾ ਹੋਵੇਗਾ ਨਹੀਂ ਕਦੇ ਨਹੀਂ ਸੀ ਸੋਚਿਆ ਨੈਵਰ 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 ਮੈਂ ਇਕਲ ਹੌਰ ਵੀ ਤੁਹਾਡੇ ਸਪੋਕਸਮੈਨ ਦੇ ਜ਼ਰੀਏ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਮੈਂ ਵਾਹਦ ਉਹ ਕਲਾਕਾਰਾਂ ਜਿਹੜਾ ਪੋਲਿਟਿਕਸ ਨੂੰ ਛੱਡ ਕੇ ਕਲਾਕਾਰ ਬਣਿਆ ਨਹੀਂ ਤਾਂ ਲੋਕ ਕਲਾਕਾਰ ਬਣ ਕੇ ਪੋਲਿਟਿਕਸ ਜਾਂਦੇ ਨੇ ਤੇ ਮੈਂ ਵਾਇਸ ਵਰਸਾ ਕੀਤਾ ਐ ਮੇਰੇ ਫਾਦਰ ਫਰੀडम फाइਟਰ ਸਨ ਪੋਲੀਟੀਸ਼ੀਅਨ ਸਨ ਦੋ ਇਲੈਕਸ਼ਨਸ ਹੋਣਾ ਨੇ ਐਮ ਐਲ ਏ ਦੀ ਮੈਂਬਰ ਪਾਰਲੀਮੈਂਟ ਦੀ ਲੜੀ ਤੇ ਪੂਰਾ ਮੇਰਾ ਐਟਮੋਸਫੇਅਰ ਵੀ ਜਿਹੜਾ ਹੈਗਾ ਉਹ ਟੋਟਲੀ ਕਹਿੰਦੇ ਨੇ ਪੋਲੀਟੀਕਲ ਸੀ ਕਰਦਾ ਤੇ ਮੈਂ ਵੀ ਜਦੋਂ ਲਾ ਪਾਸ ਕੀਤਾ ਸੀ ਇਸੇ ਕਰਕੇ ਲਾ ਕੀਤਾ ਸੀ ਕਿ ਨਾਲ ਬਕਾਲਤ ਕਰੂੰਗਾ ਨਾਲ ਸਿਆਸਤ ਕਰੂੰਗਾ ਕਿਉਂਕਿ ਕਾਲਜ ਲਾਈਫ ਦੇ ਵਿੱਚ ਵੀ ਗਾਇਆ ਵੀ ਭੰਗੜਾ ਵੀ ਪਾਇਆ ਥੀਏਟਰ ਵੀ ਕੀਤਾ ਸਪੋਰਟਸ ਵੀ ਕੀਤੀ ਸੈਮਟੈਂਸਲੀ ਪੰਜਾਬ ਸਟੂਡੈਂਟ ਯੂਨੀਅਨ ਚ ਇੱਕ ਲੀਡਰ ਦੇ ਤੌਰ ਤੇ ਕੰਮ ਵੀ ਕੀਤਾ ਆ ਉਹਦੇ ਕਾਲਜ ਦੇ ਵਿੱਚ ਸੋ ਉਹ ਸਾਰੀਆਂ ਚੀਜ਼ਾਂ ਜ਼ਹਿਨ ਤੇ ਵਿੱਚੀਆਂ ਪਰ ਕਦੇ ਸੋਚਿਆ ਨਹੀਂ ਸੀ ਕਿ profession artist ਬਣਨਾ ਹੈ no way ਇਹ ਮੇਰਾ ਸ਼ੌਕ ਸੀ ਐਂ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਮਤਲਬ ਕਿ ਇਹ ਜਿਹੜਾ ਪੈਸ਼ਨ ਹੈ ਉਹ profession ਕਦੋਂ ਬਣ ਗਿਆ ਸੋ ਮੈਂ ਇੰਜੋਏ ਕਰਦਾ ਆ ਉਹਦੇ profession ਨੂੰ ਤੁਹਾਡਾ ਜਿਹੜਾ ਨਾਮ ਹੈ ਨਾ ਬਹੁਤ ਵੱਖਰਾ ਮੈਨੂੰ ਲੱਗਦਾ ਹੁੰਦਾ ਸ਼ਾਇਦ ਉਸ ਲਈ ਹਰ ਕਿਸੇ ਨੂੰ ਯਾਦ ਵੀ ਰਹਿੰਦਾ ਚਲੋ ਠੀਕ ਹੈ ਤੁਹਾਡੇ ਕੁਝ ਅਜਿਹੇ ਗੀਤ ਨੇ ਜਿਹੜੇ ਅੱਜ ਵੀ ਸਦਾ ਬਹਾਰ ਨੇ ਔਰ ਰਹਿਣਗੇ ਇਹ ਨਾਮ ਜੋ ਹੈ ਇਹ ਨਾਮ ਦਾ ਸਬੱਬ ਕਿਵੇਂ ਬਣਿਆ ਸੀ ਸੁਮਿੰਦਰ ਇਹ ਵੀ ਨਾਮ ਜਿਹੜਾ ਹੈਗਾ ਲੋਕਾਂ ਦਾ ਦਿੱਤਾ ਹੋਇਆ ਨਾਮ ਹੈ ਘਰ ਦਾ ਨਾਮ ਤੇ ਮੇਰਾ ਪਰਮਜੀਤ ਸਿੰਘ ਸਿੱਧੂ ਹੈ ਤੇ ਨਿਕਨੇਮ ਕਰਦੇ ਵੱਡੀਆਂ ਦੋ ਭੈਣਾ ਮਾਂ ਬਾਪੂ ਚਾਚੇ ਤਾਏ ਸਾਰੇ ਮਤਲਬ ਕਿ ਪੰਮੀ ਕਿਆਕ ਬਣਾਉਂਦੇ ਸੀ ਤੇ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਐਜਨ ਕੋਚ ਐਂ ਪੰਗੜਾ ਡਾਇਰੈਕਟਰ ਦੇ ਤੌਰ ਤੇ ਆਇਆ ਉੱਥੇ ਉਹ ਮੇਰੇ ਹਾਂ ਹੀ ਸੀ ਮੁੰਡੇ ਕੋਈ 2 ਸਾਲ ਛੋਟਾ ਕੋਈ 2 ਸਾਲ ਵੱਡਾ ਤੇ ਉਹ ਸਰਸਰ ਕਰਦੇ ਮੈਂ ਕਹਿੰਦਾ ਯਾਰ ਤੂੰ ਸਿੱਧਾ ਮੇਰਾ ਨਾਮ ਲੈ ਰਿਆ ਕਰੋ ਕਾਹਨੂੰ ਇਹਨਾਂ ਇਹਨਾਂ ਚੱਕਰਾਂ 'ਚ ਪੈਨੇ ਆ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਭਾਈ ਜੀ ਕਹਾਂਗੇ ਬਸ ਉਹ ਐਸਾ ਪੰਮੀ ਭਾਈ ਜੀ ਬਣਿਆ ਤੇ ਅੱਜ ਉਹ ਮੇਰਾ ਅਸਲ ਨਾਮ ਤਾਂ ਵਰਚੁਅਲ 'ਚ ਚਲਾ ਗਿਆ ਹੈ ਪੰਮੀ ਭਾਈ ਜਿਹੜਾ ਹੈਗਾ ਉਹ ਲੋਕਾਂ ਦਾ ਕਲਾਕਾਰ ਬਣ ਗਿਆ ਤੇ ਇਹ ਲੋਕਾਂ ਦੀ ਦੇਣ ਹੈਗੀ ਹੈ ਲੋਕਾਂ ਦੀ ਹੀ ਕਹਿੰਦੇ ਨੇ ਮੁਹੱਬਤ ਹੈਗੀ ਹੈ ਤੇ ਜੋ ਮੈਂ ਚੱਕੀ ਫਿਰਦਾ ਤੁਹਾਡੀ ਫਿਟਨੈਸ ਦਾ ਕੀ ਰਾਜ਼ ਹੈ ਤੁਸੀਂ ਅੱਜ ਵੀ ਉਦਾਂ ਹੀ ਲੱਗਦੇ ਹੋ ਦੇਖੋ ਫਿਟਨੈਸ ਤਾਂ ਬੰਦੇ ਦੇ ਆਪਣੇ ਹੱਥ 'ਚ ਹੁੰਦੀ ਹੈ ਐਂ ਤੇ ਆਪਦੀ ਸਿਹਤ ਦਾ ਖਿਆਲ ਰੱਖਣਾ ਹਰ ਬੰਦੇ ਦਾ ਫਰਜ਼ ਹੈਗਾ ਤੇ ਮੈਂ ਰੱਖਦਾ ਹੈਗਾ ਆਈ ਏਮ ਵੈਰੀ ਥੈਂਕਫੁਲ ਟੂ ਡਾਕਟਰ ਬਿਸ਼ਪ ਰੂਪਰਾ ਚੌਧਰੀ ਮੇਰਾ ਦੋਸਤ ਹੈ ਤੇ ਮੈਂ ਤੇ ਮੈਂ ਉਹਦਾ ਰਿਣੀ ਆ ਕਿ ਉਹਨੇ ਮੈਨੂੰ 5 ਸਾਲ ਪਹਿਲਾਂ ਗਾਈਡ ਕਰਤਾ ਸੀ ਹਾਊ ਟੂ ਮੇਨਟੇਨ ਯੂਅਰ ਹੈਲਥ ਤੇ ਮੈਂ ਨੈਚੁਰਲ ਭੋਜਨ ਜਿਆਦਾ ਕੁਦਰਤੀ ਚੀਜ਼ਾਂ ਜਿਹੜੀਆਂ ਬਣੀਆਂ ਨੇ ਉਹ ਖਾਂਦਾ ਤੇ ਦਵਾਈਆਂ ਤੋਂ ਮੁਕਤਾਂ ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਖਾਂਦਾ ਤੇ ਆਪਦੀ ਐਕਸਰਸਾਈਜ਼ ਕਰਦਾ ਨਿਰੰਤਰ ਆਬ ਦੇ ਖੇਤਾਂ ਨਾਲ ਜੁੜਿਆ ਹੋਇਆ ਕਲਾਕਾਰਾਂ ਤੇ ਕਿਸਾਨ ਦਾ ਪੁੱਤਾਂ ਤੇ ਹੁਣ ਵੀ ਕਿਸਾਨੀ ਕਰਦਾ ਖੇਤੀ ਵੀ ਕਰਦਾ ਤੇ ਉਹਦੇ ਚ ਵੀ ਮੇਰੀ ਕੋਸ਼ਿਸ਼ ਹੈ ਕਿ ਮੈਂ ਆਰਗੇਨਿਕ ਫਾਰਮਿੰਗ ਕਰਾਂ ਤਾਂ ਕਿ ਘਟੋ ਘਟ ਸਾਡੀ ਆਉਣ ਵਾਲੀ ਜਨਰੇਸ਼ਨ ਜ਼ਹਿਰੋ ਮੁਕਤ ਭੋਜਨ ਖਾਵੇ ਤੇ ਜ਼ਹਿਰੋ ਮੁਕਤ ਲੋਕ ਹੋਣ ਦੇ ਅਚੇਰ ਮੋਸਫੀਅਰ ਚ ਰਹਿਣ ਉਹ ਇਹ ਜਿਹਾ ਕੋਸ਼ਿਸ਼ ਨਿਰੰਤਰ ਕਰਦੇ ਪਸ ਇਸੇ ਕਰਕੇ ਫੇਟਾ ਤੁਸੀਂ ਆਪਣੇ ਆਪ ਬਹੁਤ ਕੁਝ ਦੱਸਤਾ ਸੀਗਾ ਕਿ ਜਿਸ ਤਰ੍ਹਾਂ ਦਾ ਤੁਹਾਡਾ ਸਫਰ ਹੈ ਕਿਦਾਂ ਤੁਸੀਂ ਸੰਗੀਤ ਦੇ ਨਾਲ ਜੁੜ ਗਏ ਸ਼ਾਇਦ ਮੈਨੂੰ ਜਾਂ ਬੌਧਿਆਂ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਕਿੰਨਾ ਕੁਝ ਪਿਆ ਹੋਇਆ ਸ਼ਾਇਦ ਇਸ ਲਈ ਤੁਹਾਡੇ ਤੇ ਪੀ ਐਚ ਡੀ ਵੀ ਹੁੰਦੀ ਹੈ ਸੋ ਜਦੋਂ ਤੁਸੀਂ ਕਦੀ ਸੋਚਦੇ ਹੋ ਬੈਠ ਕੇ ਤਾਂ ਕਦੀ ਇਹੋ ਜੀ ਚੀਜ਼ ਸੋਚਦੇ ਹੋਵੋ ਕਿ ਇਸ ਦਾ ਤੇ ਮੈਂ ਕਦੀ ਜ਼ਿਕਰ ਵੀ ਨਹੀਂ ਕੀਤਾ ਮੈਂ ਆਪਣੀ ਜ਼ਿੰਦਗੀ 'ਚ ਇਹ ਵੀ ਕੀਤਾ ਹੋਇਆ ਜਾਂ ਮੈਂ ਇਹ ਵੀ ਦੇਖਿਆ ਨਹੀਂ ਉਹ ਦੇਖੋ ਅਬ ਤੇ ਮੂੰਹੋਂ ਜਦੋਂ ਤੁਸੀਂ ਕੋ ਗੱਲਾਂ ਕਰਦੇ ਹੋ ਨਾ ਤੇ ਫਿਰ ਇਸ ਤਰ੍ਹਾਂ ਲੱਗਦਾ ਕਿ ਬੰਦਾ ਆਪਣੀ ਤਾਰੀਫ਼ ਖੁਦੀ ਕਰ ਰਿਹਾ ਹੈਗਾ ਮੈਨੂੰ ਇਹ ਇਸ ਗੱਲ ਦੇ ਉੱਤੇ ਮਾਨ ਹੈਗਾ ਕਿ ਕੁਛ ਇੱਕ ਮੁੰਡਾ ਸਤਨਾਮ ਪੰਜਾਬੀ ਹੈਗਾ ਉਹ ਮੇਰੇ ਦੇ ਉੱਤੇ ਪੀ ਐਚ ਡੀ ਕਰ ਰਿਹਾ ਹੈ ਉਹ ਲੋਕਾਂ ਨੂੰ ਜਾਦੇ ਮੇਰੇ ਬਾਰੇ ਦੱਸੂਗਾ ਹਾਂ ਜੀ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਬਾਕੀ ਦੇ ਬੰਦਾ ਹਰ ਬੰਦਾ ਕੰਮ ਕਰਦਾ ਹੈਗਾ ਪਰ ਮੈਂ ਮੇਰਾ ਕੰਮ ਕਰਨ ਦਾ ਢੰਗ ਡਾਇਰਲੀ ਡਿਫਰੈਂਟ ਹੈਗਾ ਤੇ ਮੈਂ ਮਹਿਜ਼ ਉਸ ਤਰ੍ਹਾਂ ਦਾ ਕੰਮ ਕਰਕੇ ਖੁਸ਼ੀ ਮਹਿਸੂਸ ਕਰਦਾ ਜਿੱਦੇ ਨਾਲ ਲੋਕਾਈ ਨੂੰ ਕੁਛ ਨਾ ਕੁਛ ਚੀਜ਼ ਮਿਲੇ ਹਾਂ ਲੋਕ ਉਹਦੇ ਚੋਂ ਕੁਛ ਨਾ ਕੁਛ ਲੈ ਸਕਣ ਉਹਨਾਂ ਨੂੰ ਮਿਲ ਜਾਵੇ ਤੇ ਮੇਰੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਬੜੇ ਕੰਮ ਨੇ ਤੇ ਮੈਂ ਨਿਰੰਤਰ ਹੁਣ ਵੀ ਕੋਸ਼ਿਸ਼ ਕਰਦਾ ਕਿ ਆਪ ਤੋਂ ਛੋਟੇ ਕਲਾਕਾਰਾਂ ਨੂੰ ਕਿਵੇਂ ਨਾ ਕਿਵੇਂ ਕੋਪਰੇਟਫਾਰਮ ਦਿੱਤਾ ਜਾਵੇ ਕਿਤੇ ਨਾ ਕਿਤੇ ਉਹਨਾਂ ਨੂੰ ਐਡਜਸਟ ਕੀਤਾ ਜਾਵੇ ਸੋ ਇਸ ਤਰ੍ਹਾਂ ਦੇ ਕੰਮ ਹਰ ਇੱਕ ਨੂੰ ਕਰਨੇ ਚਾਹੀਦੇ ਨੇ ਤੇ ਮੈਨੂੰ ਇਹ ਪੇਰੈਂਟਲੀ ਇਹ ਚੀਜ਼ਾਂ ਮਿਲੀਆਂ ਨੇ ਵਿਰਸੇ ਚ ਮਿਲੀਆਂ ਨੇ ਮੇਰੇ ਬਾਪੂ ਹੁਣਾਂ ਨੇ ਦਿੱਤੀਆਂ ਨੇ ਤੇ ਬਾਕੀ ਤੇ ਦੇਖੋ ਉਹ ਸੱਚੇ ਪਾਤਸ਼ਾਹ ਦੇ ਹੱਥ ਚ ਹੈਗਾ ਤੇ ਹਰ ਬੰਦੇ ਨੂੰ ਕੁਝ ਨਾ ਕੁਝ ਲਾਈਫ ਦੇ ਵਿੱਚ ਕਰਨਾ ਚਾਹੀਦਾ ਜਦੋਂ ਅਸੀਂ ਬਤੌਰ ਕਲਾਕਾਰ ਉਸ ਸਮੇਂ ਦੀ ਗੱਲ ਕੀਤੀ ਜਾਵੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਜਾਂ ਇੱਕ ਲੰਮਾ ਸਮਾਂ ਜਦੋਂ ਤੁਸੀਂ ਫੈਸਲਾ ਕਰ ਲੈਂਦੇ ਹੋ ਕਿ ਇਹ ਮੇਰੀ ਜ਼ਿੰਦਗੀ ਹੈ ਮੈਂ ਇਹਦੇ ਨਾਲ ਐਦਾਂ ਹੀ ਜੁੜੇ ਰਹਿਣਾ ਅੱਜ ਦੇ ਕਲਾਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੈਮਰਾ ਇੱਕ ਅਜੀਹਾ ਲੈਂਮਲਾਈਟ ਤੁਹਾਨੂੰ ਦਿੰਦਾ ਹੈ ਕਿ ਤੁਸੀਂ ਇਸ ਤੋਂ ਦੂਰ ਇੱਕ ਪਲ ਨਹੀਂ ਰਹਿ ਸਕਦੇ ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਡਿਪਰੈਸ਼ਨ 'ਚ ਚਲੇ ਜਾਵਾਂਗੇ ਲੇਕਿਨ ਇੱਕ ਸਮਾਂ ਹੁੰਦਾ ਹੈ ਕਲਾਕਾਰ ਦਾ ਅਜੀਹਾ ਜੋ ਸਿਰਫ ਉਹ ਖੁਦ ਹਟਾ ਹੰਡਾਉਂਦਾ ਹੈ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਉਹ ਸਫਰ ਤੁਹਾਡੇ ਅਕੋਰਡਿੰਗਲੀ ਕਿ ਉਹ ਸਹਿਣਾ ਜ਼ਰੂਰੀ ਹੁੰਦਾ ਹੈ ਅਕਸਰ ਅਸੀਂ ਬਹੁਤ ਜਲਦੀ ਟੁੱਟ ਜਾਨੇਂਦੇ ਇਹਨੂੰ ਕਾਰਨ ਕੀ ਹੁੰਦਾ ਹੈ ਕਿ ਕਲਾਕਾਰ ਉਹ ਨਹੀਂ ਟੁੱਟਦਾ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਲੋਕਾਂ ਦਾ ਕਲਾਕਾਰ ਹੋਵੇ ਪੰਮੀ ਭਾਈ ਨੂੰ ਇਸੇ ਗੱਲ ਦਾ ਮਾਣ ਹੈ ਕਿ ਮੈਂ ਲੋਕਾਂ ਦਾ ਕਲਾਕਾਰ ਹਾਂ ਮੈਨੂੰ ਇਸ ਮਕਾਮ ਦੇ ਉੱਤੇ ਲੋਕਾਂ ਨੇ ਪਹਛਾਇਆ ਤੇ ਮੈਂ ਇਹ ਪੈਰ ਅਬ ਦੀ ਜ਼ਮੀਨ ਨਾਲ ਜੁੜੇ ਹੋਏ ਨੇ ਹੈ ਅਬ ਦੀ ਧਰਤੀ ਨਾਲ ਜੁੜੇ ਹੋਏ ਨੇ ਤੇ ਮੇਰੇ ਨਾਲ ਤਾਂ ਹੁਣ ਵੀ ਮੇਰੇ 45 45 ਸਾਲ ਦੇ ਪੁਰਾਣੇ 40 40 ਸਾਲ ਦੇ ਮੇਰੇ ਪੁਰਾਣੇ ਮਿੱਤਰ ਮੇਰੇ ਸ਼ਗਿਰਦ ਅਸੀਂ ਤੇ ਉਹੋ ਸੇ ਤਰ੍ਹਾਂ ਹੀ ਇੰਜੋਏ ਕਰਦੇ ਆਂ ਆਪਦੀ ਲਾਈਫ ਨੂੰ ਤੇ ਕਦੇ ਅੰਦਰ ਮਨ ਚ ਨਹੀਂ ਕੋਈ ਚੀਜ਼ਾਂ ਰੱਖਦੇ ਉਹਨੂੰ ਥਰੋ ਅਮਾਊਟ ਕਰ ਦਿੰਦੇ ਆਂ ਬਾਹਰ ਸਿੱਟ ਦਿੰਦੇ ਆਂ ਜੇ ਅਚੀਆਂ ਹੁੰਦੀਆਂ ਨੇ ਉਹਨਾਂ ਨੂੰ ਪੱਲੇ ਬੰਨ ਲੈਂਦਾ ਹੈ ਤੇ ਬਾਕੀ ਲਾਈਫ ਤਾਂ ਬੀਬਾ ਇੱਕ ਪਾਣੀ ਦੀ ਤਰ੍ਹਾਂ ਇਹ ਚੱਲਣੀ ਚਾਹੀਦੀ ਹੈ ਖੜੋਤ ਨਹੀਂ ਹੋਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਸੋ ਮੈਂ ਉਸ ਅਲਮਾਈਟੀ ਗॉड ਦਾ ਬੜਾ ਧੰਨਵਾਦੀ ਆ ਤੇ ਜੋ ਮਾਨ ਜੋ ਪਿਆਰ ਜੋ ਖਲੂਸ ਮੈਨੂੰ ਨਾ ਚੀਜ਼ ਇਹਨੂੰ ਲੋਕਾਂ ਨੇ ਦਿੱਤਾ ਤੇ ਪਾਕੀ ਕੰਮ ਕਰਦਾ ਇੰਜੋਏ ਕਰਦਾ ਗਾਣੇ ਕਰਦਾ ਫਿਲਮਾਂ ਕਰਦਾ ਤੇ ਹੁਣ ਗਾ ਕੇਵਲ ਟਾਲੀ ਵਾਲ ਨਾਲ ਵੀ ਗੱਲ ਕੀਤੀ ਹੈ థియేਟਰ ਦੁਆਰੇ ਫੇਰ ਦੁਆਰੇ ਕਰਨ ਦੇ ਮਤਲਬ ਕਿ ਚੇਸਟਾ ਹੈਗੀ ਹੈ ਕਿ ਯਾਰ ਉਹ ਇੱਕ ਪਲੇ ਵੀ ਕਰਾਂ ਤੇ ਲਾਈਵ ਦੇ ਵਿੱਚ ਚੱਲਣਾ ਚਾਹੀਦਾ ਖੜੋਤ ਨਹੀਂ ਆਉਣੇ ਚਾਹੀਦੇ ਸੋ ਇਸ ਕਰਕੇ ਮੈਂ ਤੁਹਾਡਾ ਇੱਕ ਵਾਰ ਫੇਰ ਬੜਾ ਧੰਨਵਾਦ ਦਿਆਂ ਸਪੋਕਸਮੈਨ ਦਾ ਸਵਿੰਦਰ ਤੁਹਾਡਾ ਵੀ ਕਿ ਤੁਸੀਂ ਮੈਨੂੰ ਇਸ ਗੋਪੀ ਗੋਦਰ ਵਿੱਚ ਪਾਇਆ ਤੇ ਤੁਹਾਡਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਮੈ ਮੈਨੂੰ ਬਹੁਤ ਚੰਗੀ ਗੱਲ ਲੱਗੀ ਜਦੋਂ ਤੁਸੀਂ ਅੰਦਰ ਕਿਹਾ ਕਿ ਬੀਬਾ ਢੋਲ ਤੇ ਨੱਚਿਆ ਜਾਂ ਭੰਗੜੇ ਪੈਂਦੇ ਹੁੰਦੇ ਆ ਗੀਤਾਂ ਦੇ ਨਹੀਂ ਪੈਂਦੇ ਹੁੰਦੇ ਉਹ ਗੱਲ ਸੱਚੀ ਹੈਗੀ ਹੈ ਸੋ ਮਤਲਬ ਕਿ ਤਾਂ ਹੀ ਕਿਹਾ ਸੀ ਕਿ ਵੀ ਜਿਹੜਾ ਭੰਗੜਾ ਹੈਗਾ ਨਾ ਉਹ 뮤직 ਨਹੀਂ ਹੈਗਾ ਭੰਗੜਾ ਤਾਂ ਬੀਟ ਹੈ ਤੇ ਢੋਲ ਵੱਜੂਗਾ ਤੇ ਭੰਗੜੇ ਪੈਣਗੇ ਤੇ ਲੋਕ ਨੱਚਣਗੇ ਤੇ ਅਸੀਂ ਕਹਿੰਦੇ ਆ ਕਿ ਪੂਰਾ ਪੰਜਾਬ ਨੱਚੇ ਤੇ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਖੂਬਸੂਰਤ ਹੋਵੇ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਉਹ ਪੰਜਾਬ ਚ ਰਹਿਣ ਦੇ ਲਈ ਮਾਣ ਮਹਿਸੂਸ ਕਰੇ ਪੰਜਾਬੀ ਬੋਲਣ ਦੇ ਲਈ ਮਾਣ ਮਹਿਸੂਸ ਕਰੇ ਸੋ ਇਸ ਤਰ੍ਹਾਂ ਦੇ ਦਵਾਮਾ ਨਾਲ ਤਤੂ ਲੈਣਾ ਜਾਜ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਸੋ ਲੋਕਾਂ ਵੱਲੋਂ ਮਿਲੇ ਪਿਆਰ ਨਾਲ ਕਲਾਕਾਰ ਬਣੇ ਪੰਮੀ ਬਾਈ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਕੁਝ ਕਿੱਸੇ ਸਾਡੇ ਨਾਲ ਸਾਂਝੇ ਕੀਤੇ ਔਰ ਇਸ ਫਿਲਮ ਦੇ ਰਿਲੇਟਡ ਹੋ ਆਜਾਏ ਹੋਏ ਸਨ ਜਿਸ ਦਾ ਨਾਮ ਹੈ ਬੱਲੇਓ ਚਲਾਕ ਸਜਣਾ ਉਮੀਦ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਰਿਸ਼ਤਿਆਂ ਨੂੰ ਦਰਸਾਉਂਦੀ ਇੱਕ ਅਜਿਹੀ ਫਿਲਮ ਹੈ ਜੋ ਤੁਹਾਡੇ ਸਾਰਿਆਂ ਲਈ ਬਹੁਤ ਖਾਸ ਹੋਏਗੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਪੰਮੀ ਬਾਈ ਜੋ ਹੈ ਅੱਜ ਤੱਕ ਸਾਡੇ ਪੰਜਾਬੀ ਵਿਰਸੇ ਲਈ ਜੋ ਕਰਦੇ ਆਏ ਨੇ ਉਹ ਅੱਗੇ ਵੀ ਸਾਨੂੰ ਉਸੇ ਤਰ੍ਹਾਂ ਦਾ ਸੰਗੀਤ ਦਿੰਦੇ ਰਹਿਣਗੇ